ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੇਨ। ਮਸੀਹ ਵਿੱਚ ਮੇਰੇ ਪਿਆਰੇ ਭਰਾਓ ਅਤੇ ਭੈਣੋ, ਅਸੀਂ ਆਪਣੇ ਆਪ ਨੂੰ ਖੁਦਾ ਦਾ ਕਲਾਮ ਸੁਣਨ ਦੇ ਲਈ ਤਿਆਰ ਕਰੀਏ। ਖੁਦਾ ਦਾ ਕਲਾਮ ਦੇ ਰਾਹੀਂ ਪ੍ਰਭੂ ਸਾਡੇ ਨਾਲ ਗੱਲਾਂ ਕਰੇਗਾ। ਪ੍ਰਭੂ ਦਾ ਵਚਨ ਦੇ ਵਿੱਚ ਸ਼ਕਤੀ ਹੈ। ਜਦੋਂ ਬੜੇ ਪਿਆਰ ਦੇ ਨਾਲ, ਵਿਸ਼ਵਾਸ ਦੇ ਨਾਲ ਬੈਠ ਕਰ ਅਸੀਂ ਖੁਦਾ ਦਾ ਕਲਾਮ ਸੁਣਾਂਗੇ, ਖੁਦਾ ਦੀ ਬਰਕਤ ਸਾਨੂੰ ਮਿਲਦਾ ਹੈ। ਜਦੋਂ 1996 ਦੇ ਵਿੱਚ ਫਾਦਰ ਲੋਕਾਂ ਦੇ ਲਈ ਇੱਕ ਰਿਟਰੀਟ ਵਾਰਾਣਸੀ ਵਿਖੇ ਰੱਖਿਆ ਗਿਆ ਸੀ, ਉਸ ਰਿਟਰੀਟ ਦੇ ਤੀਜੇ ਦਿਨ ਮੈਂ ਫਾਦਰ ਮੈਥਿਊ ਨਾਇਕਮ ਪ੍ਰਬਲ ਨੂੰ ਕਾਉਂਸਲਿੰਗ ਦੇ ਵਿੱਚ ਮਿਲਿਆ। ਫਾਦਰ ਜੀ ਨੇ ਮੇਰੇ ਸਿਰ 'ਤੇ ਹੱਥ ਰੱਖ ਕੇ ਦੁਆ ਕੀਤੀ ਅਤੇ ਥੋੜ੍ਹਾ ਸਮਾਂ ਚੁੱਪ ਰਹਿਣ ਦੇ ਬਾਅਦ ਫਾਦਰ ਜੀ ਨੇ ਮੈਨੂੰ ਕਿਹਾ, ਫਾਦਰ ਫ੍ਰੈਂਕੋ, ਤੁਹਾਨੂੰ ਖੁਦਾ ਬੁਲਾ ਰਿਹਾ ਹੈ, ਤੁਹਾਨੂੰ ਇੱਕ ਖਾਸ ਬਰਕਤ ਪ੍ਰਭੂ ਦੇ ਰਿਹਾ ਹੈ, ਇੱਕ ਸਪੈਸ਼ਲ ਵਿਸ਼ੇਸ਼ ਵਰਦਾਨ ਤੁਹਾਨੂੰ ਮਿਲ ਰਿਹਾ ਹੈ। ਤਾਂ ਮੈਂ ਪੁੱਛਿਆ, ਫਾਦਰ ਜੀ ਇਹ ਕਿਸ ਤਰ੍ਹਾਂ ਦਾ ਵਰਦਾਨ ਹੈ? 1996 ਦੇ ਵਿੱਚ ਫਾਦਰ ਮੈਥਿਊ ਨਾਇਕਮ ਪਰਮਲ ਨੇ ਜੋ ਗੱਲ ਮੈਨੂੰ ਆਖਿਆ ਸੀਗਾ, ਉਸਦੇ ਬਾਅਦ ਮੇਰੀ ਸਾਰੀ ਜ਼ਿੰਦਗੀ ਦੇ ਵਿੱਚ ਮੈਂ ਦੇਖਿਆ ਹਾਂ ਖਾਸ ਵਰਦਾਨ ਦੇ ਬਾਰੇ ਜੋ ਫਾਦਰ ਮੈਥਿਊ ਨਾਇਕਮ ਪਰਮਲ ਨੇ ਮੈਨੂੰ ਦੱਸਿਆ। ਉਹ ਇਹ ਸੀਗਾ ਕਿ ਜਦੋਂ ਤੁਸੀਂ ਕਲਾਮ ਦਾ ਪ੍ਰਚਾਰ ਕਰੋਗੇ, ਸੁਣਨ ਵਾਲਿਆਂ ਦੇ ਉੱਤੇ ਖੁਦਾ ਦੀ ਆਸ਼ੀਸ਼ ਆਵੇਗਾ, ਜੋ ਦੁਖੀ ਹੈ ਉਹਨਾਂ ਨੂੰ ਆਸਰਾ ਮਿਲੇਗਾ, ਜਿਨ੍ਹਾਂ ਨੂੰ ਬਾਈਬਲ ਪੜ੍ਹਨ ਦਾ ਇੱਛਾ ਨਹੀਂ ਹੈ ਉਹਨਾਂ ਨੂੰ ਬਾਈਬਲ ਪੜ੍ਹਨ ਦੇ ਲਈ ਪ੍ਰੇਰਣਾ ਮਿਲੇਗਾ, ਜੋ ਬਿਮਾਰ ਹੈ ਉਹਨਾਂ ਨੂੰ ਚੰਗਾਈ ਵੀ ਮਿਲੇਗਾ। ਫਾਦਰ ਜੀ ਫਿਰ ਮੈਨੂੰ ਇਸ ਦੇ ਬਾਰੇ ਕੁਝ ਸਮਝਾਇਆ, ਮੈਨੂੰ ਕਿਹਾ, ਤੁਹਾਡਾ ਪ੍ਰਚਾਰ ਦੇ ਸਮੇਂ ਖਾਸ ਪ੍ਰਾਰਥਨਾ ਕਰਨ ਦੀ ਕੋਈ ਲੋੜ ਨਹੀਂ ਹੈ, ਕਲਾਮ ਸੁਣਨ ਦੇ ਹੀ ਲੋਕਾਂ ਨੂੰ ਆਸ਼ੀਸ ਮਿਲਣਾ ਸ਼ੁਰੂ ਹੋਵੇਗਾ। ਇਸ ਲਈ ਅੱਜ ਜੋ ਪਵਿੱਤਰ ਕਲਾਮ ਸੁਣਨ ਦੇ ਲਈ ਆਰਾਮ ਦੇ ਨਾਲ ਬੈਠੇ ਹੋ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਵਕਤ ਸੋਚੋ ਕਿ ਤੁਹਾਨੂੰ ਕਿਹੜੀ ਬਰਕਤ ਦੀ ਲੋੜ ਹੈ। ਉਹ ਬਰਕਤ ਦੇ ਲਈ ਭਾਵੇਂ ਚੰਗਾਈ ਦੇ ਲਈ ਹੋਵੇ, ਨੌਕਰੀ ਮਿਲਣ ਦੇ ਲਈ ਹੋਵੇ, ਸ਼ਾਦੀ ਦੇ ਵਿੱਚ ਜੋ ਰੁਕਾਵਟ ਹੈ ਉਸ ਤੋਂ ਦੂਰ ਹੋਣ ਦੇ ਲਈ ਹੋਵੇ, ਜੋ ਵੀ ਤੁਹਾਡੀ ਜ਼ਿੰਦਗੀ ਦੀ ਜ਼ਰੂਰਤ ਹੈ ਉਸਨੂੰ ਇਸ ਸਮੇਂ ਆਪਣੇ ਮਨ ਵਿੱਚ ਸੋਚੋ ਅਤੇ ਆਰਾਮ ਦੇ ਨਾਲ ਬੈਠੋ ਅਤੇ ਖੁਦਾ ਦਾ ਕਲਾਮ ਸੁਣੋ, ਤਾਂ ਜੋ ਅੱਜ ਦੇ ਇਸ ਕਲਾਮ ਦੇ ਰਾਹੀਂ, ਪ੍ਰਚਾਰ ਦੇ ਰਾਹੀਂ ਖੁਦਾ ਦੀ ਆਸ਼ੀਸ਼ ਤੁਹਾਡੇ ਉੱਤੇ ਆਵੇ, ਤੁਹਾਡਾ ਪਰਿਵਾਰ ਦੇ ਉੱਤੇ ਆਵੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਹਾਂ ਕਿ ਤੁਹਾਡਾ ਅਤੇ ਮੇਰਾ, ਸਾਡਾ ਸਾਰਿਆਂ ਦਾ ਵਿਸ਼ਵਾਸ ਪ੍ਰਭੂ ਯਿਸੂ ਮਸੀਹ ਦੇ ਉੱਤੇ ਹੈ। ਇਹ ਇੱਕ ਖਾਸ ਗੱਲ ਹੈ, ਕਿਉਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਰੱਖਿਆ ਹੈ? ਕਿਉਂਕਿ ਪ੍ਰਭੂ ਯਿਸੂ ਮਸੀਹ ਖੁਦਾ ਹੈ, ਖੁਦਾ ਦਾ ਬੇਟਾ ਹੈ। ਅਸੀਂ ਔਰ ਕਿਸੇ ਦੇ ਉੱਤੇ ਵਿਸ਼ਵਾਸ ਨਹੀਂ ਰੱਖਦੇ ਹਾਂ, ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਰੱਖਦੇ ਹਾਂ। ਕਈ ਲੋਕ ਇਹ ਸੋਚਦੇ ਹਨ, ਹਾਂ ਬਹੁਤ ਸਾਰੇ ਹੈ ਜਿਨ੍ਹਾਂ ਦੇ ਉੱਤੇ ਅਸੀਂ ਵਿਸ਼ਵਾਸ ਰੱਖ ਸਕਦੇ ਹਾਂ, ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ, ਦੁਨੀਆਂ ਦਾ ਮੁਕਤੀ ਦਾਤਾ ਪ੍ਰਭੂ ਯਿਸੂ ਮਸੀਹ ਹੈ, ਜਿਸ ਨੇ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਸੋ ਅਸੀਂ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਰੱਖਦੇ ਹਾਂ ਤਾਂ ਉਸਦਾ ਕਾਰਨ ਇਹ ਹੈ, ਉਸਨੇ ਮੁਰਦਿਆਂ ਵਿੱਚੋਂ ਜੀ ਉੱਠ ਕਰ ਉਹ ਇਹ ਸਥਾਪਿਤ ਕੀਤਾ ਹੈ ਕਿ ਉਹ ਖੁਦਾ ਦਾ ਬੇਟਾ ਹੈ। ਇੱਥੇ ਸਾਨੂੰ ਇਹ ਪੱਕਾ ਭਰੋਸਾ ਹੈ, ਪੱਕਾ ਵਿਸ਼ਵਾਸ ਹੈ, ਪੱਕਾ ਉਮੀਦ ਹੈ ਕਿ ਅਸੀਂ ਖੁਦਾ ਦੇ ਉੱਤੇ ਵਿਸ਼ਵਾਸ ਰੱਖਿਆ ਹੈ। ਉਸਦੇ ਲਈ ਸਬੂਤ ਸਾਡੇ ਲਈ ਕੀ ਹੈ? ਉਸਨੇ ਸਲੀਬ ਦੇ ਉੱਤੇ ਆਪਣੀ ਜਾਨ ਕੁਰਬਾਨ ਕੀਤੀ ਹੈ ਅਤੇ ਮੁਰਦਿਆਂ ਵਿੱਚੋਂ ਜੀ ਉੱਠਿਆ, ਇਹ ਸਬੂਤ ਹੈ, ਇਹ ਸਬੂਤ ਸਾਨੂੰ ਭਰੋਸਾ ਦਿੰਦਾ ਹੈ। ਤਾਂ ਅੱਜ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਹਾਂ, ਇੱਕੋ ਗੱਲ 'ਤੇ ਮੈਂ ਤੁਹਾਡਾ ਧਿਆਨ ਲਿਆਉਣਾ ਚਾਹੁੰਦਾ ਹਾਂ ਕਿ ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਹੁਣ ਅਸੀਂ ਕਲਾਮ ਸੁਣਾਂਗੇ, ਪਵਿੱਤਰ ਵਚਨ ਪੜ੍ਹ ਕੇ ਸੁਣਾਂਗੇ, ਜਿਸ ਦੇ ਰਾਹੀਂ ਪ੍ਰਭੂ ਸਾਨੂੰ ਆਸ਼ੀਸ਼ ਦੇਣਗੇ, ਬਰਕਤ ਦੇਣਗੇ, ਚੰਗਾਈ ਦੇਣਗੇ, ਹੌਸਲਾ ਦੇਣਗੇ, ਖੁਸ਼ੀ ਦੇਣਗੇ। ਰੋਮੇ ਦੇ ਪੱਤਰ ਉਸਦਾ ਪਹਿਲਾ ਬਾਪ ਜੀ ਉਸਦਾ ਤੀਜਾ ਐਤ, ਰੋਮੇ ਦੇ ਪੱਤਰ ਪਹਿਲਾ ਬਾਪ ਉਸਦਾ ਤੀਜਾ ਐਤ, ਇਹ ਉਸਦੇ ਪੁੱਤਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਸੰਬੰਧ ਵਿੱਚ ਹੈ। ਤਾਂ ਇਹ ਜੋ ਲਿਖਾ ਗਿਆ ਹੈ ਉਹ ਪ੍ਰਭੂ ਯਿਸੂ ਮਸੀਹ ਦੇ ਬਾਰੇ ਲਿਖਾ ਗਿਆ ਹੈ, ਪਰ ਯਿਸੂ ਮਸੀਹ ਕੌਣ ਹੈ ਉਸਦੇ ਬਾਰੇ ਇੱਥੇ ਦੱਸਦਾ ਹੈ। ਇਹ ਉਸਦੇ ਪੁੱਤਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਸੰਬੰਧ ਵਿੱਚ ਹੈ, ਜੋ ਸਰੀਰਕ ਤੌਰ 'ਤੇ
ਦਾਊਦ ਦੇ ਵੰਸ਼ ਤੋਂ ਪੈਦਾ ਹੋਏ, ਪਰ ਪਵਿੱਤਰਤਾ ਦੀ ਆਤਮਾ ਦੀ ਵੱਲੋਂ ਵੋ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਮਰਥਾ ਦੇ ਨਾਲ ਪਰਮੇਸ਼ਵਰ ਦੇ ਪੁੱਤਰ ਘੋਸ਼ਿਤ ਕੀਤੇ ਗਏ ਹਨ। ਦੇਖੋ ਬਾਈਬਲ ਵਿੱਚ ਕਿੰਨੇ ਸੁੰਦਰ ਤਰੀਕੇ ਦੇ ਨਾਲ ਇਹ ਲਿਖਿਆ ਗਿਆ ਹੈ, ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਮਰਥਾ ਦੇ ਨਾਲ ਪਰਮੇਸ਼ਵਰ ਦੇ ਪੁੱਤਰ ਘੋਸ਼ਿਤ ਕੀਤੇ ਗਏ। ਇਹ ਹੈ ਸਾਡੇ ਲਈ ਭਰੋਸਾ। ਪ੍ਰਭੂ ਯੇਸੂ ਮਸੀਹ ਬਾਕੀਆਂ ਦੀ ਤਰ੍ਹਾਂ ਨਹੀਂ ਆ, ਪ੍ਰਭੂ ਯੇਸੂ ਮਸੀਹ ਨੇ ਮੁਰਦਿਆਂ ਵਿੱਚੋਂ ਜੀ ਉੱਠ ਕਰ ਪੁਨਰੁਥਾਨ ਦੇ ਵਿੱਚ ਆਉਣ ਦੇ ਕਾਰਨ ਘੋਸ਼ਿਤ ਕੀਤੇ ਗਏ ਹਨ ਕਿ ਉਹ ਪਰਮੇਸ਼ਵਰ ਦੇ ਪੁੱਤਰ ਹੈ। ਦੇਖੋ ਇਹ ਸਾਡੇ ਲਈ ਭਰੋਸਾ ਦਿੰਦਾ ਹੈ। ਸੋ ਜਦੋਂ ਅਸੀਂ ਪ੍ਰਭੂ ਯੇਸੂ ਮਸੀਹ ਦੇ ਨਾਮ ਲੈਂਦੇ ਹਾਂ, ਪ੍ਰਭੂ ਯੇਸੂ ਮਸੀਹ ਦੇ ਨਾਮ ਲੈ ਕੇ ਦੁਆ ਕਰਦੇ ਹਾਂ, ਉਹ ਇਸ ਲਈ ਹੈ ਕਿਉਂਕਿ ਸਾਨੂੰ ਵਿਸ਼ਵਾਸ ਹੈ, ਸਾਨੂੰ ਭਰੋਸਾ ਹੈ ਕਿ ਉਹ ਖੁਦਾ ਹੈ। ਉਹ ਉਸਦੇ ਲਈ ਸਬੂਤ ਸਾਨੂੰ ਕੀ ਮਿਲਿਆ ਹੈ, ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਹੋਰ ਕੋਈ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਨਹੀਂ ਹੈ। ਇਸ ਲਈ ਪ੍ਰਭੂ ਯੇਸੂ ਮਸੀਹ ਹੀ ਖੁਦਾ ਦਾ ਬੇਟਾ ਹੈ, ਪ੍ਰਭੂ ਯੇਸੂ ਮਸੀਹ ਹੀ ਖੁਦਾ ਹੈ, ਅਤੇ ਅਸੀਂ ਭਰੋਸਾ ਰੱਖਣਾ ਹੈ, ਈਮਾਨ ਰੱਖਣਾ ਹੈ, ਵਿਸ਼ਵਾਸ ਰੱਖਣਾ ਹੈ ਸਿਰਫ ਪ੍ਰਭੂ ਯੇਸੂ ਮਸੀਹ ਦੇ ਉੱਤੇ ਹੀ। ਹਾਲੇਲੂਯਾ, ਹਾਲੇਲੂਯਾ, ਹਾਲੇਲੂਯਾ। ਪ੍ਰਭੂ ਯੇਸੂ ਮਸੀਹ ਦੀ ਇਹ ਜੋ ਖਾਸੀਅਤ ਹੈ ਜੋ ਅਸੀਂ ਕਿਸੇ ਦੂਜੇ ਦੇ ਵਿੱਚ ਨਹੀਂ ਦੇਖਦੇ ਹਾਂ ਕਿ ਇਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਇਸ ਦੇ ਬਾਰੇ ਲੋਕਾਂ ਨੂੰ ਦੱਸਣਾ ਹੈ। ਜੇਕਰ ਕੋਈ ਵੀ ਪ੍ਰਭੂ ਯੇਸੂ ਮਸੀਹ ਦੇ ਬਾਰੇ ਪ੍ਰਚਾਰ ਕਰਨਗੇ, ਉਹ ਪ੍ਰਚਾਰ ਸਭ ਤੋਂ ਪਹਿਲੇ ਇਹ ਕਰਨਾ ਹੈ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਇਸ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਹੋਣਾ ਚਾਹੀਏ। ਮੈਂ ਤੁਹਾਡੇ ਅੱਗੇ ਬੇਨਤੀ ਕਰਾਂਗਾ ਕਿ ਤੁਸੀਂ ਵੀ ਪ੍ਰਭੂ ਯੇਸੂ ਮਸੀਹ ਦੇ ਬਾਰੇ ਲੋਕਾਂ ਦੇ ਨਾਲ ਚਰਚਾ ਕਰੋ, ਪ੍ਰਭੂ ਯੇਸੂ ਮਸੀਹ ਦੇ ਬਾਰੇ ਗੱਲਾਂ ਕਰੋ। ਪਰ ਜੋ ਵੀ ਪ੍ਰਭੂ ਯੇਸੂ ਮਸੀਹ ਦੇ ਬਾਰੇ ਗੱਲਾਂ ਕਰਾਂਗੇ, ਆ ਤੁਹਾਡੇ ਕੋਲ ਤਾਂ ਬਹੁਤ ਕੁਛ ਕਹਾਉਣਗੇ। ਤੁਸੀਂ ਇਹ ਕਹਿ ਸਕਦੇ ਕਿ ਪ੍ਰਭੂ ਯੇਸੂ ਮਸੀਹ ਨੇ ਪਾਣੀ ਤੋਂ ਦਾਗਰਸ ਬਣਾਇਆ, ਮੁਰਦਿਆਂ ਨੂੰ ਜਿੰਦਾ ਕੀਤਾ, ਪਾਣੀ ਦੇ ਉੱਤੇ ਚੜਿਆ, ਤੂਫਾਨ ਨੂੰ ਸ਼ਾਂਤ ਕਰ ਦਿੱਤਾ, 5 ਰੋਟੀ ਨਾਲ 5,000 ਲੋਕਾਂ ਨੂੰ ਖਿਲਾਇਆ, ਅਧਰੰਗ ਨੂੰ ਠੀਕ ਕੀਤਾ, ਅੰਨੇ ਨੂੰ ਚੰਗਾ ਕੀਤਾ। ਇਸੇ ਤਰ੍ਹਾਂ ਬਹੁਤ ਸਾਰੇ ਚੰਗਾਈ ਦੀ ਗਵਾਹੀ ਤੁਸੀਂ ਦੇ ਸਕਦੇ ਹੋ, ਪਰ ਉਸ ਤੋਂ ਉੱਤਮ ਗੱਲ ਪ੍ਰਭੂ ਯੇਸੂ ਮਸੀਹ ਦੇ ਬਾਰੇ ਜੇ ਤੁਸੀਂ ਬੋਲਣਾ ਚਾਹੁੰਦੇ ਹੋ, ਉਹ ਇਹ ਹੈ ਕਿ ਪ੍ਰਭੂ ਯੇਸੂ ਮਸੀਹ ਨੇ ਮੁਰਦਿਆਂ ਵਿੱਚ ਜੀ ਉੱਠਿਆ ਹੈ, ਉਸ ਦੇ ਬਾਰੇ ਪ੍ਰਚਾਰ ਹੋਣਾ ਹੈ। ਪ੍ਰਾਰਥਨਾ ਭਵਨ TV ਦੇ ਰਾਹੀਂ ਵੀ ਅਸੀਂ ਇਹੀ ਪ੍ਰਚਾਰ ਕਰਦੇ ਹਾਂ ਕਿ ਪ੍ਰਭੂ ਯੇਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਉਹ ਸਾਨੂੰ ਭਰੋਸਾ ਦਿੰਦਾ ਹੈ। ਲੂਕਾ ਦੀ ਅੰਜੀਲ 20:26 ਉਸਦਾ 36 ਐਤ ਮੈਂ ਤੁਹਾਡੇ ਲਈ ਪੜ੍ਹਨਾ ਚਾਹੁੰਦਾ ਹਾਂ। ਉਹ ਸਵਰਗ ਦੂਤਾਂ ਦੇ ਸਮਾਨ ਹਨ, ਇਸ ਲਈ ਉਹਨਾਂ ਦੀ ਫਿਰ ਮੌਤ ਨਹੀਂ ਹੋਵੇਗੀ। ਪੁਨਰੁਥਾਨ ਦੀ ਸੰਤਾਨ ਹੋਣ ਦੇ ਨਾਤੇ ਉਹ ਪਰਮੇਸ਼ਵਰ ਦੀ ਸੰਤਾਨ ਹਨ। ਕੁਝ ਲੋਕਾਂ ਨੇ ਪ੍ਰਭੂ ਯੇਸੂ ਮਸੀਹ ਦੇ ਕੋਲ ਆ ਕੇ ਸਵਾਲ ਕੀਤਾ, ਇੱਕ ਔਰਤ ਦੀ ਸ਼ਾਦੀ ਹੋ ਗਿਆ, ਪਹਿਲਾ ਕਰਵਾਲਾ ਮਰ ਗਿਆ, ਦੂਸਰਾ ਵੀ ਮਰ ਗਿਆ, ਤੀਸਰਾ ਵੀ ਮਰ ਗਿਆ, 7 ਵਾਰੀ ਉਸ ਦੀ ਸ਼ਾਦੀ ਕੀਤੀ, ਸੋ ਪੁਨਰੁਥਾਨ ਦੇ ਵਿੱਚ ਉਹ ਕਿਸਦਾ ਕਰਵਾਲੀ ਹੋਵੇਗੀ। ਜਿਨ੍ਹਾਂ ਨੇ ਇਹ ਸਵਾਲ ਕੀਤਾ ਉਹਨਾਂ ਦਾ ਮਤਲਬ ਇਹ ਸੀਗਾ, ਇਹ ਸਥਾਪਿਤ ਕਰਨਾ ਚਾਹੁੰਦਾ ਸੀ ਕਿ ਪੁਨਰੁਥਾਨ ਨਹੀਂ ਹੈ। ਜਿਨ੍ਹਾਂ ਨੇ ਇਹ ਸਵਾਲ ਲੈ ਕੇ ਪ੍ਰਭੂ ਯੇਸੂ ਮਸੀਹ ਦੇ ਕੋਲ ਆਇਆ ਕਿ ਇੱਕ ਔਰਤ ਇੱਕ ਵਾਰ ਨਹੀਂ, 2 ਵਾਰ ਨਹੀਂ, 7 ਵਾਰੀ ਸ਼ਾਦੀ ਕਰਨ ਦੇ ਬਾਅਦ ਮਰ ਗਈ, ਮਰਨ ਦੇ ਬਾਅਦ ਸਵਰਗ ਪੁਨਰੁਥਾਨ ਦੇ ਵਿੱਚ ਗਿਆ, ਤੋ ਉਹ ਕਿਸ ਦੀ ਕਰਵਾਲੀ ਹੋਵੇਗੀ? ਸੱਤਾਂ ਦਾ ਕਰਵਾਲੀ ਹੋਵੇਗੀ। ਸੋ ਉਹਨਾਂ ਨੂੰ ਸਮਝਾਉਂਦੇ ਹੋਏ ਪ੍ਰਭੂ ਯੇਸੂ ਮਸੀਹ ਜਵਾਬ ਦਿੰਦੇ। ਪ੍ਰਭੂ ਯੇਸੂ ਮਸੀਹ ਕੀ ਜਵਾਬ ਦਿੱਤਾ? ਯੇਸੂ ਨੇ ਉਹਨਾਂ ਨੂੰ ਕਿਹਾ, ਇਸ ਯੁੱਗ ਦੇ ਵਿੱਚ ਆਦਮੀਆਂ ਅਤੇ ਔਰਤਾਂ ਵਿੱਚ ਵਿਆਹ ਹੁੰਦੇ ਹਨ, ਇਸ ਯੁੱਗ ਦੇ ਵਿੱਚ, ਪਰ ਜਿਹੜੇ ਇਸ ਯੁੱਗ ਗਿਣੇ ਜਾਂਦੇ ਹਨ ਕਿ ਉਹ ਉਸ ਯੁੱਗ ਨੂੰ ਅਤੇ ਮੁਰਦਿਆਂ ਦੇ ਪੁਨਰੁਥਾਨ ਨੂੰ ਪ੍ਰਾਪਤ ਕਰਨ, ਉਹਨਾਂ ਵਿੱਚ ਵਿਆਹ ਨਹੀਂ ਹੁੰਦੇ। ਜੋ ਸਵਰਗ ਰਾਜ ਜਾਣਗੇ, ਜੋ ਪੁਨਰ ਜੀ ਉੱਠਣਗੇ, ਦੁਬਾਰਾ ਜੀ ਉੱਠਣਗੇ, ਉਹਨਾਂ ਦੇ ਵਿੱਚ ਵਿਆਹ ਨਹੀਂ ਹੈ। ਸੋ ਵਿਆਹ ਕਰਨਾ, ਬੱਚੇ ਪੈਦਾ ਕਰਨਾ, ਇਹ ਸਭ ਇਸ ਯੁੱਗ ਦੇ ਵਿੱਚ ਹੈ, ਸਾਡੇ ਸਮੇਂ ਦੇ ਵਿੱਚ ਹੈ, ਸਰੀਰਕ ਜ਼ਿੰਦਗੀ ਦੇ ਵਿੱਚ ਹੈ। ਮੁਰਦਿਆਂ ਵਿੱਚ ਜੀ ਉੱਠਣ ਦੇ ਬਾਅਦ ਕੋਈ ਸ਼ਾਦੀ ਸ਼ੁਦੇ ਦਾ ਚੱਕਰ ਨਹੀਂ ਹੈ, ਕੋਈ ਸ਼ਾਦੀ ਤੋਂ ਨਹੀਂ ਕਰਦੇ, ਉੱਥੇ ਵਿਆਹ ਨਹੀਂ ਹੁੰਦੇ। ਦੇਖੋ ਉਸ ਮੌਕੇ 'ਤੇ ਪ੍ਰਭੂ ਯੇਸੂ ਕੀ ਕਹਿੰਦੇ ਹਨ, ਪੁਨਰੁਥਾਨ ਦੀ ਸੰਤਾਨ ਹੋਣ ਦੇ ਨਾਤੇ, ਮਤਲਬ ਜੋ ਲੋਕ ਪੁਨਰੁਥਾਨ ਦੇ ਵਿੱਚ ਵਿਸ਼ਵਾਸ ਕਰਦੇ ਹਨ,
ਉਹਨਾਂ ਦੇ ਬਾਰੇ ਲਿਖਾ ਹੈ, ਪੁਨਰੁੱਥਾਨ ਦੇ ਸੰਤਾਨ ਹੋਣ ਦੇ ਨਾਤੇ ਉਹ ਪਰਮੇਸ਼ਵਰ ਦੀ ਸੰਤਾਨ ਹਨ। ਇਹ ਬਹੁਤ ਵੱਡੀ ਗੱਲ ਹੈ। ਮੈਂ ਪੁਨਰੁੱਥਾਨ ਦੇ ਵਿੱਚ ਵਿਸ਼ਵਾਸ ਕਰਦਾ ਹਾਂ। ਮੈਨੂੰ ਪਤਾ ਹੈ ਮੇਰੀ ਮੌਤ ਹੋਣਾ ਹੀ ਹੋਣਾ ਅਤੇ ਮੈਂ ਮੁਰਦਿਆਂ ਵਿੱਚੋਂ ਜੀ ਉੱਠੇਗਾ। ਮੈਨੂੰ ਪਤਾ ਹੈ ਸੁਰਗ ਰਾਜ ਵਿੱਚ ਜਾਣ ਦੇ ਆਨੰਦ ਜੀਵਨ ਦੇ ਲਈ ਮੌਤ ਦੇ ਬਾਅਦ ਮੇਰੀ ਆਤਮਾ ਪਰਮਾਤਮਾ ਵੱਲ ਜ਼ਰੂਰ ਜਾਏਗਾ ਆਨੰਦ ਜੀਵਨ ਦੇ ਲਈ। ਪ੍ਰਭੂ ਯੇਸੂ ਨੇ ਕਿਹਾ ਜੋ ਮੇਰਾ ਸਰੀਰ ਖਾਣਗੇ ਮੇਰਾ ਖੂਨ ਪੀਣਗੇ ਉਹ ਆਨੰਦ ਜੀਵਨ ਪ੍ਰਾਪਤ ਕਰਨਗੇ, ਸੁਰਗ ਰਾਜ ਵਿੱਚ ਜਾਣਗੇ। ਇਸ ਲਈ ਪਾਕਸ਼ਰਾਗਤ ਲੈਣਾ ਜ਼ਰੂਰੀ ਹੈ, ਬਪਤਿਸਮਾ ਲੈਣਾ ਜ਼ਰੂਰੀ ਹੈ, ਕੈਥੋਲਿਕ ਕਲੀਸੀਆ ਦੇ ਵਿੱਚ ਮੈਂਬਰ ਬਣ ਕੇ ਸੈਕਰਮੈਂਟ ਲੈਣਾ ਜ਼ਰੂਰੀ ਹੈ, ਪਾਕਸ਼ਰਾਗਤ ਲੈਣਾ, ਪ੍ਰਭੂ ਯੇਸੂ ਮਸੀਹ ਦੇ ਸਰੀਰ ਖਾਣਾ ਉਸਦਾ ਖੂਨ ਪੀਣਾ ਹੈ ਆਨੰਦ ਜੀਵਨ ਪ੍ਰਾਪਤ ਕਰਨ ਦੇ ਲਈ। ਸੋ ਅਸੀਂ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਉੱਤੇ ਵਿਸ਼ਵਾਸ ਕਰਦੇ ਹਾਂ, ਪੁਨਰਜੀਵਨ ਦੇ ਉੱਤੇ ਵਿਸ਼ਵਾਸ ਕਰਦੇ ਹਾਂ, ਸੁਰਗ ਰਾਜ ਵਿੱਚ ਜੀਉਣ ਦੇ ਬਾਰੇ ਅਸੀਂ ਵਿਸ਼ਵਾਸ ਕਰਦੇ ਹਾਂ। ਉਹਨਾਂ ਲੋਕਾਂ ਦੇ ਬਾਰੇ ਬਾਈਬਲ ਕੀ ਕਹਿੰਦਾ ਹੈ, ਲਿਖਾ ਹੈ ਪੁਨਰੁੱਥਾਨ ਦੀ ਸੰਤਾਨ ਹੋਣ ਦੇ ਨਾਤੇ ਉਹ ਪਰਮੇਸ਼ਵਰ ਦੀ ਸੰਤਾਨ ਹਨ। ਤੁਸੀਂ ਤੇ ਮੈਂ ਅਸੀਂ ਸਾਰੇ ਪਰਮੇਸ਼ਵਰ ਦੇ ਸੰਤਾਨ ਬਣਦੇ ਹਾਂ ਕਿਸ ਤਰ੍ਹਾਂ, ਪੁਨਰੁੱਥਾਨ ਦੇ ਉੱਤੇ ਵਿਸ਼ਵਾਸ ਕਰਕੇ। ਇਸ ਲਈ ਅਸੀਂ ਮੌਤ ਤੋਂ ਨਹੀਂ ਡਰਦੇ। 5 ਸਾਲ ਪਹਿਲਾਂ ਮੇਰਾ ਡੈਡੀ ਦਾ ਮੌਤ ਹੋ ਗਿਆ, ਮੈਂ ਵਿਸ਼ਵਾਸ ਕਰਦਾ ਹੈਗਾ ਉਹ ਸੁਰਗ ਰਾਜ ਵਿੱਚ ਹੈ। 1 ਸਾਲ ਪਹਿਲਾਂ ਮੇਰੀ ਮੰਮੀ ਦੀ ਮੌਤ ਹੋ ਗਿਆ, ਤੋ ਮੰਮੀ ਵੀ ਸਾਡਾ ਪਰਿਵਾਰ ਇਸ ਦੁਨੀਆ ਛੱਡ ਕੇ ਸੁਰਗ ਰਾਜ ਚਲੇ ਗਏ। ਹੁਣ ਮੇਰੀ ਵਾਰੀ ਹੈ ਕਿਉਂ, ਮੈਂ ਸਭ ਤੋਂ ਵੱਡਾ ਲੜਕਾ ਸਾਡਾ ਪਰਿਵਾਰ ਦਾ। ਇਸ ਗੱਲ 'ਤੇ ਮੈਨੂੰ ਖੁਸ਼ੀ ਹੈ, ਡੈਡੀ ਚਲਾ ਗਿਆ, ਮੰਮੀ ਚਲਾ ਗਿਆ, ਹੁਣ ਮੇਰੀ ਵਾਰੀ ਹੈ, ਮੈਂ ਵੀ ਖੁਸ਼ ਹਾਂ, ਮੈਂ ਮੌਤ ਤੋਂ ਨਹੀਂ ਡਰਦਾ। ਕਈ ਲੋਕ ਮੈਨੂੰ ਪੁੱਛਦੇ ਕਿਉਂ ਇਸ ਤਰ੍ਹਾਂ ਤੁਸੀਂ ਬੋਲਦੇ ਹੋ, ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਮੰਮੀ ਡੈਡੀ ਉੱਥੇ ਵਿਹਲੇ ਬੈਠੇ ਹਨ, ਅਕੇਲੇ ਹਨ, ਮੈਂ ਵੀ ਉਹਨਾਂ ਦੇ ਨਾਲ ਜਾ ਕੇ ਬੈਠਣਾ ਚਾਹੁੰਦਾ ਹਾਂ। ਇਹ ਸਭ ਇਸ ਲਈ ਅਸੀਂ ਬੋਲ ਸਕਦੇ ਹਾਂ ਕਿਉਂਕਿ ਸਾਨੂੰ ਮੌਤ ਦਾ ਕੋਈ ਡਰ ਨਹੀਂ ਹੈ, ਅਸੀਂ ਉੱਥੇ ਹੀ ਜਾਣਾ ਹੈ, ਸਾਨੂੰ ਪਤਾ ਹੈ ਉੱਥੇ ਜਾਣਾ ਹੈ। ਹੁਣ ਦੇਖਾ, ਫਰਜ਼ ਕਰ ਲਓ ਇੱਕ ਮੁੰਡਾ ਪਾਸਪੋਰਟ ਅਤੇ ਵੀਜ਼ਾ ਲੈ ਕੇ ਏਅਰਪੋਰਟ ਵਿੱਚ ਬੈਠਾ ਹੈ, ਪਾਸਪੋਰਟ ਅਤੇ ਵੀਜ਼ਾ ਲੈ ਕੇ ਉਹ ਏਅਰਪੋਰਟ ਵਿੱਚ ਬੈਠਣ ਵਾਸਤੇ ਨਹੀਂ ਗਿਆ ਨਾ, ਬੈਠੇਗਾ ਤਾਂ ਹੈ ਹੀ ਹੈ, ਪਰ ਉਹਦਾ ਖੁਸ਼ੀ ਕਿੱਥੇ ਏਅਰਪੋਰਟ ਵਿੱਚ ਬੈਠਣ ਦੇ ਲਈ ਨਹੀਂ ਹੈ। ਜਿਹੜਾ ਦੇਸ਼ ਵਿੱਚ ਜਾਣ ਦੇ ਬਾਰੇ ਉਹਨੇ ਸੁਪਨਾ ਦੇਖਾ ਹੈ, ਉਹ ਦੇਸ਼ ਪਹੁੰਚਣ ਦੀ ਖੁਸ਼ੀ ਦੇ ਵਿੱਚ ਉਹ ਏਅਰਪੋਰਟ ਵਿੱਚ ਬੈਠਾ ਹੈ। ਸਾਡੇ ਲਈ ਜੋ ਧਰਤੀ ਹੈ ਨਾ ਉਹ ਏਅਰਪੋਰਟ ਵਾਂਗ ਹੈ, ਸਾਡੇ ਕੋਲ ਵੀਜ਼ਾ ਵੀ ਹੈ, ਟਿਕਟ ਵੀ ਹੈ, ਵੀਜ਼ਾ ਹੈ ਬਪਤਿਸਮਾ, ਵੀਜ਼ਾ ਸਾਡੇ ਬਪਤਿਸਮਾ ਹੈ, ਔਰ ਜੋ ਟਿਕਟ ਕਿਆ ਹੈ ਉਹ ਸੈਕਰਮੈਂਟਾਂ ਦੇ ਰਾਹੀਂ ਜੋ ਬਰਕਤ ਸਾਨੂੰ ਮਿਲਦਾ ਹੈ ਉਹ ਸਾਡੀ ਟਿਕਟ ਹੈ। ਸੋ ਬਪਤਿਸਮਾ ਸਾਡੇ ਲਈ ਸਾਡਾ ਵੀਜ਼ਾ ਹੈ, ਅਤੇ ਬਾਕੀ ਪਕਸ਼ਰਾਗਤ, ਇਸਤਕਲਾਲ, ਇਸੇ ਤਰ੍ਹਾਂ ਬਾਤ ਸਵੀਕਾਰ, ਇਤਰਾਫ, ਇਹ ਸਾਰੇ ਸੈਕਰਮੈਂਟ ਜੋ ਹੈ ਉਹ ਸਾਡੇ ਲਈ ਟਿਕਟ ਦੀ ਤਰ੍ਹਾਂ ਹੈ, ਸਾਡੇ ਕੋਲ ਦੋਨੋਂ ਹੈ। ਅਸੀਂ ਏਅਰਪੋਰਟ ਵਿੱਚ ਬੈਠੇ ਹਾਂ, ਜਦੋਂ ਸਾਡੀ ਬੋਰਡਿੰਗ ਦਾ ਟਾਈਮ ਆਵੇਗਾ, ਅਨਾਊਂਸਮੈਂਟ ਹੋਵੇਗਾ, ਅਸੀਂ ਆਪਣਾ ਬੈਗ ਉਠਾ ਕਰ ਚਲੇ ਜਾਂਦੇ ਹਨ। ਮੈਂ ਕਈ ਵਾਰ ਏਅਰਪੋਰਟ ਦੇ ਵਿੱਚ ਦੇਖਿਆ ਹੈ ਜਦੋਂ ਅਨਾਊਂਸਮੈਂਟ ਹੁੰਦਾ, ਜਿਹੜਾ ਫਲਾਈਟ ਦਾ ਅਨਾਊਂਸਮੈਂਟ ਹੋਇਆ ਉਸ ਫਲਾਈਟ ਦੇ ਲੋਕ ਬੜੇ ਖੁਸ਼ੀ ਦੇ ਨਾਲ ਆਪਣਾ ਬੈਗ ਉਠਾ ਕੇ ਚਲੇ ਜਾਂਦੇ ਹਨ, ਅਤੇ ਆਮ ਤੌਰ 'ਤੇ ਬਾਕੀ ਜਿਹੜੇ ਬੈਠੇ ਮੈਂ ਦੇਖਿਆ ਹੈ ਉਹ ਕੀ ਕਰਦੇ ਹਨ, ਇੱਕਦਮ ਆਪਣਾ ਘੜੀ ਦੇਖ ਲੈਂਦੇ, ਹੁਣ ਸਾਡੀ ਵਾਰੀ ਕਦੋਂ ਆ ਜਾਣਾ। ਇਹ ਵੇਖਣ ਵਾਲੀ ਗੱਲ ਹੈ ਏਅਰਪੋਰਟ ਦੇ ਵਿੱਚ ਬੈਠੇ ਸਮਾਂ। ਇਸੇ ਤਰ੍ਹਾਂ ਜਦੋਂ ਕਿਸੇ ਨੂੰ ਪ੍ਰਭੂ ਬੁਲਾਉਂਦਾ ਤਾਂ ਉਹ ਚਲੇ ਜਾਂਦਾ, ਅਸੀਂ ਆਪਣਾ ਘੜੀ ਦੇਖਣਾ, ਹੁਣ ਸਾਡੀ ਪਤਾ ਨਹੀਂ ਕਿੰਨੇ ਸਮਾਂ ਰਹਿ ਗਿਆ ਹੈ। ਸੋ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਅਤੇ ਭੈਣੋ, ਮੈਨੂੰ ਮੌਤ ਦੇ ਬਾਰੇ ਬੋਲਣ ਦੇ ਵਕਤ ਬਿਲਕੁਲ ਕੋਈ ਡਰ ਨਹੀਂ ਹੈ, ਸਗੋਂ ਮੈਨੂੰ ਖੁਸ਼ੀ ਦਿੰਦਾ ਹੈ ਕਿਉਂਕਿ ਮੇਰੀ ਵਾਰੀ ਉਡੀਕ ਕਰ ਮੈਂ ਬੈਠਾ। ਇਸੇ ਤਰ੍ਹਾਂ ਤੁਸੀਂ ਵੀ ਤੁਹਾਡਾ ਵਾਰੀ ਉਡੀਕ ਕਰ ਬੈਠੋ ਕਿਉਂਕਿ ਸਾਡੇ ਦਿਲ ਦੇ ਵਿੱਚ ਖੁਸ਼ੀ ਹੋਗਾ। ਸੋ ਦੇਖੋ, ਪ੍ਰਭੂ ਯੇਸੂ ਮਸੀਹ ਕਹਿੰਦਾ ਹੈ ਪੁਨਰੁੱਥਾਨ ਦੀ ਸੰਤਾਨ ਹੋਣ ਦੇ ਨਾਤੇ ਉਹ ਪਰਮੇਸ਼ਵਰ ਦੀ ਸੰਤਾਨ ਹੈ। ਇਹ ਸਾਡੀ ਔਰ ਖੁਸ਼ੀ ਵਧਾਉਂਦਾ ਹੈ। ਅਸੀਂ ਇਨਸਾਨ ਦੇ ਬੱਚਾ ਬਣ ਕੇ ਇੱਥੇ ਰਹਿਣਾ ਪਸੰਦ ਨਹੀਂ ਕਰਦੇ। ਹਾਂ ਜ਼ਰੂਰ, ਕਾਗਜ਼ੀ ਕਾਰਵਾਈ ਵਾਸਤੇ ਸਾਨੂੰ ਆਫ ਲਿਖਣਾ ਪੈਂਦਾ ਹੈ, ਪਰ ਅਸੀਂ ਸਾਰੇ ਪਰਮੇਸ਼ਵਰ ਦੇ ਸੰਤਾਨ ਹਨ, ਇਸ ਲਈ ਅਸੀਂ ਸਾਰੇ ਬਰਾਬਰ ਹੈ। ਕੋਈ ਉੱਚ ਨੀਚ ਨਹੀਂ ਹੈ ਸਾਡੇ ਵਿੱਚ, ਕੋਈ ਵੱਡੀ ਉੱਪਰ ਜਾਤਕਾ ਨੀਚੇ ਜਾਤਕਾ ਸੰਭਾਲ ਹੀ ਨਹੀਂ ਉੱਠਦਾ, ਅਸੀਂ ਸਾਰੇ ਬਰਾਬਰ ਹੈ। ਇਸ ਲਈ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਸਾਡੇ ਲਈ ਬਹੁਤ ਜ਼ਰੂਰੀ ਇਹ ਜਾਣਨਾ ਕਿ ਅਸੀਂ ਸਾਰੇ ਪਰਮੇਸ਼ਵਰ ਦੇ ਬੱਚੇ ਹਨ, ਅਤੇ ਇਸ ਲਈ ਅਸੀਂ ਇੱਕ ਦੂਜੇ ਦੇ ਨਾਲ ਭੈਣਾਂ ਭਰਾਵਾਂ ਵਾਂਗੂ ਰਹਿਣਾ, ਸੰਬੰਧ ਰੱਖਣਾ, ਰਿਸ਼ਤਾ ਬਣਾ ਕੇ ਰੱਖਣਾ ਸਾਡੇ ਲਈ ਇਹ ਬਹੁਤ ਜ਼ਰੂਰੀ ਹੈ। ਪੌਲੁਸ ਰਸੂਲ ਫਿਲਪੀਅਨ ਦੇ ਪੱਤਰ ਉਸਦਾ 3 ਬਾਪ ਦੀ 11ਵਾਂ ਐਤ ਵਿੱਚ
ਇੱਕ ਖਾਸ ਗੱਲ ਲਿਖਦਾ ਹੈ, ਹਾਂ ਜੇਕਰ ਮੈਂ ਦਲੇਰੀ ਨਾਲ ਕਿਸੇ ਚੀਜ਼ ਦੇ ਮਿਲਣ ਦੀ ਉਮੀਦ ਕਰ ਸਕਦਾ ਹਾਂ। ਦੇਖੋ ਹੁਣ ਦੁਨੀਆਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਆਪਾਂ ਆਸ ਕਰਦੇ ਹਾਂ, ਮੈਨੂੰ ਉਹ ਮਿਲੇਗਾ, ਇਹ ਮਿਲੇਗਾ, ਬਹੁਤ ਸਾਰੀਆਂ ਚੀਜ਼ਾਂ ਦੀ ਆਸ ਕਰਦੇ ਹਾਂ। ਹੁਣ ਪੌਲਸ ਰਸੂਲ ਕੀ ਕਹਿੰਦਾ, ਜੇਕਰ ਮੈਂ ਦਲੇਰੀ ਨਾਲ ਕਿਸੇ ਚੀਜ਼ ਦੀ ਮਿਲਣ ਦੀ ਉਮੀਦ ਕਰ ਸਕਦਾ ਹਾਂ ਤਾਂ ਕੇਵਲ ਇਸ ਚੀਜ਼ ਦੀ ਕਿ ਮੈਂ ਮਰਨ ਦੇ ਪਿੱਛੋਂ ਫਿਰ ਜੀ ਉਠਾਂ। ਹਲੇਲੂਇਆ। ਸਾਡੇ ਲਈ ਇੱਕੋ ਗੱਲ ਸਾਨੂੰ ਪੱਕਾ ਪਤਾ ਹੈ, ਜੇਕਰ ਅਸੀਂ ਮਰ ਗਿਆ ਤਾਂ ਅਸੀਂ ਫਿਰ ਜੀ ਉਠਾਵਾਂਗੇ, ਜੀ ਉਠਾਂਗੇ, ਇਹ ਸਾਡੇ ਲਈ ਪੱਕੀ ਗੱਲ ਹੈ, ਇਸ ਦੇ ਉੱਤੇ ਕੋਈ ਸ਼ੱਕ ਨਹੀਂ ਹੋਣਾ। ਕਿਉਂਕਿ ਇਸ ਲਈ ਇੱਥੇ ਇਸ ਧਰਤੀ ਦੇ ਉੱਤੇ ਸਾਡੀ ਤਿਆਰੀ ਹੈ, ਇਸ ਤਿਆਰੀ ਦੇ ਬਾਅਦ ਅਸੀਂ ਸੁਰਗ ਰਾਜ ਜਾਣਾ ਹੈ, ਉਹ ਸਾਡੇ ਲਈ ਬਹੁਤ ਬਹੁਮੁੱਲਾ ਹੈ। ਅਤੇ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਅਸੀਂ ਕੰਮ ਕਰਾਂਗੇ, ਗੱਲ ਕਰਾਂਗੇ, ਉਹ ਸਭ ਉਸਦੀ ਤਿਆਰੀ ਦੇ ਲਈ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਵਿੱਚ ਮੇਰੇ ਪਿਆਰੇ ਪ੍ਰਭੂ ਭੈਣੋ, ਖੁਸ਼ੀ ਮਹਿਸੂਸ ਕਰੋ, ਇਸ ਵਕਤ ਤੁਹਾਡੇ ਸਰੀਰ ਦੇ ਵਿੱਚ ਖੁਸ਼ੀ ਮਹਿਸੂਸ ਕਰੋ ਕਿ ਮੈਂ ਵੀ ਇੱਕ ਦਿਨ ਮੁਰਦਿਆਂ ਵਿੱਚੋਂ ਜੀ ਉਠਾਂਗਾ। ਇਹ ਵਿਸ਼ਵਾਸ ਕਰੋ, ਜੇਕਰ ਤੁਸੀਂ ਪੁਨਰੁਥਾਨ ਦੇ ਉੱਤੇ ਵਿਸ਼ਵਾਸ ਕਰਦੇ ਹੋ ਤਾਂ ਇਸ ਵਕਤ ਪਰਮੇਸ਼ੁਰ ਦਾ ਸੰਤਾਨ ਬਣ ਰਹੇ ਹੋ। ਅਤੇ ਜਦੋਂ ਤੁਸੀਂ ਪਰਮੇਸ਼ੁਰ ਦਾ ਸੰਤਾਨ ਬਣ ਰਹੇ ਹੋ, ਖੁਦਾ ਦੀ ਆਸ਼ੀਸ਼ ਤੁਹਾਡੇ ਉੱਤੇ ਆ ਰਿਹਾ ਹੈ, ਤੁਹਾਨੂੰ ਚੰਗਾਈ ਮਿਲੇਗਾ, ਖੁਸ਼ੀ ਮਿਲੇਗਾ, ਸ਼ਾਂਤੀ ਮਿਲੇਗਾ, ਜਿੱਥੇ ਤੁਸੀਂ ਬੈਠੇ ਹੋ ਉੱਥੇ ਖੁਦਾ ਦੀ ਸ਼ਕਤੀ ਪ੍ਰਗਟ ਹੋਵੇਗਾ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਤੁਹਾਨੂੰ ਉਹ ਤਾਕਤ ਦੇ, ਉਹ ਤਾਕਤ ਦੇ। ਇਬਰਾਨੀਆਂ ਦੀ ਗ੍ਰੰਥ ਵਿੱਚ ਅਸੀਂ ਇੱਕ ਗੱਲ ਦੇਖਦੇ ਹਾਂ ਕਿ 12 ਬਾਬ ਉਸਦਾ 2 ਐਤ, ਆਓ ਅਸੀਂ ਆਪਣੀ ਨਜ਼ਰ ਯੇਸੂ ਤੇ ਲਾਈ ਰੱਖੀਏ। ਵਚਨ ਸਾਨੂੰ ਕਹਿੰਦਾ ਹੈ ਅਸੀਂ ਇੱਧਰ ਉੱਧਰ ਨਹੀਂ ਦੇਖਣਾ, ਭਟਕਣਾ ਨਹੀਂ ਹੈ, ਆਪਣਾ ਨਜ਼ਰ ਅਸੀਂ ਪ੍ਰਭੂ ਯੇਸੂ ਤੇ ਲਾਈ ਰੱਖਣਾ ਹੈ। ਕਿਉਂ? ਕਿਉਂਕਿ ਉਹ ਸਾਡੇ ਲਈ ਇੱਕ ਨਮੂਨਾ ਹੈ, ਉਸਨੇ ਸਾਨੂੰ ਕੁਝ ਕਰਕੇ ਦਿਖਾਇਆ ਹੈ, ਨਮੂਨਾ ਹੈ, ਅਸੀਂ ਉਸ ਵੱਲ ਧਿਆਨ ਦੇਣਾ ਹੈ, ਉਸ ਉੱਤੇ ਆਪਣਾ ਆਖ ਲਗਾ ਕੇ ਰੱਖਣਾ ਹੈ। ਮੈਂ ਪੜ੍ਹਾਂਗਾ, ਆਓ ਅਸੀਂ ਆਪਣੀ ਨਜ਼ਰ ਯੇਸੂ ਤੇ ਲਾਈ ਰੱਖੀਏ ਜੋ ਸਾਡੇ ਵਿਸ਼ਵਾਸ ਦਾ ਆਰੰਭ ਅਤੇ ਪੂਰਨਤਾ ਹੈ। ਇਹ ਸੱਚ ਹੈ, ਸਾਡਾ ਵਿਸ਼ਵਾਸ ਦਾ ਆਰੰਭ ਅਤੇ ਪੂਰਨਤਾ ਪ੍ਰਭੂ ਯੇਸੂ ਮਸੀਹ ਹੈ, ਸ਼ੁਰੂ ਪ੍ਰਭੂ ਯੇਸੂ ਮਸੀਹ ਤੋਂ ਹੈ, ਅਤੇ ਸਾਡਾ ਵਿਸ਼ਵਾਸ ਪੂਰਨ ਵੀ ਪ੍ਰਭੂ ਯੇਸੂ ਮਸੀਹ ਦੇ ਉੱਤੇ ਹੀ ਹੁੰਦਾ ਹੈ। ਸਾਨੂੰ ਔਰ ਕਿਸੇ ਦਾ ਸਹਾਰਾ ਲੈਣ ਦਾ ਜ਼ਰੂਰਤ ਨਹੀਂ ਹੈ, ਖੁਦਾ ਦੇ ਉੱਤੇ ਵਿਸ਼ਵਾਸ ਕਰਨ ਦੇ ਲਈ, ਖੁਦਾ ਤੇ ਪਹੁੰਚਣ ਦੇ ਲਈ। ਧਿਆਨ ਨਾਲ ਸੁਣ ਲਓ, ਖੁਦਾ ਤੇ ਪਹੁੰਚਣ ਦੇ ਲਈ ਸਾਨੂੰ ਪ੍ਰਭੂ ਯੇਸੂ ਮਸੀਹ ਤੋਂ ਇਲਾਵਾ ਕਿਸੇ ਦਾ ਸਹਾਰੇ ਦੀ ਲੋੜ ਨਹੀਂ ਹੈ। ਬਾਈਬਲ ਵਿੱਚ ਲਿਖਿਆ ਹੈ ਪ੍ਰਭੂ ਯੇਸੂ ਸਾਡਾ ਵਿਸ਼ਵਾਸ ਦਾ ਆਰੰਭ ਅਤੇ ਪੂਰਨਤਾ ਹੈ, ਉਸਨੇ ਉਸ ਤੋਂ ਮਿਲਣ ਵਾਲੀ ਸ਼ਰਮਿੰਦਗੀ ਦੀ ਕੋਈ ਪਰਵਾਹ ਨਾ ਕੀਤੀ, ਸਭ ਕੁਝ ਸਹਿਣ ਕਰਨ ਦੇ ਲਈ ਤਿਆਰ ਸੀ, ਕੋਈ ਪਰਵਾਹ ਨਹੀਂ ਕੀਤੀ। ਅਸੀਂ ਵੀ ਪ੍ਰਭੂ ਯੇਸੂ ਮਸੀਹ ਉੱਤੇ ਭਰੋਸਾ ਰੱਖ ਕੇ ਖੁਦਾ ਦੇ ਕੋਲ ਪਹੁੰਚਣ ਦੇ ਲਈ ਕੋਈ ਵੀ ਚੀਜ਼ ਦੀ ਪਰਵਾਹ ਕਰਨ ਦੀ ਲੋੜ ਨਹੀਂ ਹੈ, ਸਾਨੂੰ ਕੋਈ ਸ਼ਰਮਿੰਦਗੀ ਦੀ ਲੋੜ ਨਹੀਂ ਹੈ, ਸਗੋਂ ਭਵਿੱਖ ਵਿੱਚ ਮਿਲਣ ਵਾਲੇ ਆਨੰਦ ਦੀ ਖਾਤਰ ਉਸਨੇ ਸਲੀਬ ਵੀ ਸਹਿ ਲਈ। ਦੇਖੋ ਪ੍ਰਭੂ ਯੇਸੂ ਮਸੀਹ ਨੂੰ ਪਤਾ ਹੈ ਕਿ ਮੌਤ ਦੇ ਨਾਲ ਕਹਾਣੀ ਖਤਮ ਨਹੀਂ ਹੁੰਦਾ। ਯਹੂਦੀ ਲੋਕਾਂ ਨੇ ਸੋਚਿਆ ਬਸ ਪ੍ਰਭੂ ਯੇਸੂ ਨੂੰ ਮਾਰ ਦਿੱਤਾ, ਉਹਦਾ ਕਹਾਣੀ ਖਤਮ, ਪਰ ਪ੍ਰਭੂ ਯੇਸੂ ਮਸੀਹ ਨੂੰ ਪਤਾ ਸੀ ਉਸਦਾ ਕਹਾਣੀ ਖਤਮ ਨਹੀਂ ਹੁੰਦਾ ਬਲਕਿ ਸ਼ੁਰੂ ਹੁੰਦਾ। ਸੋ ਇੱਥੇ ਅਸੀਂ ਕਹਿੰਦੇ ਹਾਂ ਕਿ ਸਾਡਾ ਵਿਸ਼ਵਾਸ ਦਾ ਆਰੰਭ ਪ੍ਰਭੂ ਯੇਸੂ ਮਸੀਹ ਹੈ, ਕਹਾਣੀ ਸ਼ੁਰੂ ਹੁੰਦਾ ਹੈ। ਤਾਂ ਜਦੋਂ ਅਸੀਂ ਪ੍ਰਭੂ ਯੇਸੂ ਮਸੀਹ 'ਤੇ ਪਹੁੰਚਾਂਗੇ, ਖੁਦਾ 'ਤੇ ਪਹੁੰਚਾਂਗੇ, ਸਾਡਾ ਵਿਸ਼ਵਾਸ ਪੂਰਾ ਹੋ ਜਾਂਦਾ। ਸੋ ਇੱਥੇ ਬਾਣੀ ਵਿੱਚ ਸਾਨੂੰ ਇਹ ਦੱਸਦੇ ਹਨ ਕਿ ਪ੍ਰਭੂ ਯੇਸੂ ਮਸੀਹ ਨੂੰ ਪਤਾ ਸੀ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਣਗੇ, ਇਸ ਲਈ ਇਹ ਸਲੀਬੀ ਮੌਤ ਸਵੀਕਾਰ ਕਰਨ ਦੇ ਲਈ ਵੀ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ, ਕਿਉਂਕਿ ਉਹਨੂੰ ਪਤਾ ਸੀ ਮੁਰਦਿਆਂ ਵਿੱਚੋਂ ਉਹ ਦੁਬਾਰਾ ਜੀ ਉੱਠੇਗਾ। ਇਸੇ ਤਰ੍ਹਾਂ ਸਾਨੂੰ ਵੀ ਪੱਕਾ ਭਰੋਸਾ ਹੈ ਕਿ ਅਸੀਂ ਵੀ ਮੁਰਦਿਆਂ ਵਿੱਚ ਜੀ ਉੱਠਣਗੇ। ਹੁਣ ਇਹੀ ਪੱਤਰ ਦੇ ਵਿੱਚ ਲਿਖਿਆ ਹੈ 11 ਬਾਬ ਦੀ 19 ਅੱਧ ਵਿੱਚ ਅਬਰਾਹਮ ਦੇ ਬਾਰੇ, ਇਹ ਥੋੜ੍ਹਾ ਸਮਝਣ ਵਾਲੀ ਗੱਲ ਹੈ। ਜਦੋਂ ਖੁਦਾ ਬਾਪ ਅਬਰਾਹਮ ਨੂੰ ਕਿਹਾ ਇਸਹਾਕ ਦੀ ਬਲੀ ਚੜਾਓ, ਹਾਂ ਅਸੀਂ ਅਬਰਾਹਮ ਨੂੰ ਵਿਸ਼ਵਾਸ ਦਾ ਪਿਤਾ ਆਖਦੇ ਹਾਂ। ਬੁਢਾਪੇ ਦੇ ਵਿੱਚ ਇੱਕ ਬੇਟੇ ਨੂੰ ਮਿਲਿਆ, ਉਹ ਬੇਟੇ ਨੂੰ ਬੜਾ ਪਿਆਰ ਦੇ ਨਾਲ ਅਬਰਾਹਮ ਬਲੀ ਚੜਾਉਣ ਲੱਗਾ।
ਮਨੁੱਖੀ ਤੌਰ 'ਤੇ ਮਨੁੱਖੀ ਸੋਚ ਦੇ ਨਾਲ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਪਰ ਮੁਸ਼ਕਿਲ ਹੈ। ਇੱਕ ਬੰਦਾ ਕਿਸੇ ਆਪਣਾ ਹੀ ਇਕਲੌਤਾ ਪੁੱਤਰ ਨੂੰ ਮਾਰ ਸਕਦਾ ਹੈ, ਉਹ ਵੀ ਖੁਦਾ ਦੇ ਕਹਿਣ 'ਤੇ। ਅਬਰਾਹਮ ਇਤਰਾਜ਼ ਨਹੀਂ ਕੀਤੀ, ਜੇਕਰ ਤੁਸੀਂ ਮੇਰੇ ਕੋਲੋਂ ਇਹਨੂੰ ਮਰਵਾਉਣਾ ਸੀਗਾ ਤਾਂ ਮੈਨੂੰ ਇਹ ਬੱਚੇ ਨੂੰ ਕਿਉਂ ਦਿੱਤਾ? ਉਹ ਪਹਿਲਾਂ ਸਵਾਲ ਕਰ ਸਕਦਾ ਸੀ। ਜੇ ਤੁਸੀਂ ਮੇਰੇ ਹੱਥੋਂ ਇਹਨੂੰ ਮਰਵਾਉਣਾ ਸੀ ਤਾਂ ਮੇਰੇ ਰਾਹੀਂ ਇਹਨੂੰ ਕਿਉਂ ਪੈਦਾ ਕੀਤਾ? ਇਹ ਸਵਾਲ ਨਹੀਂ ਕਰਦਾ। ਖੁਦਾ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਦਾ। ਇਹ ਵੀ ਨਹੀਂ ਬੋਲਿਆ ਕਿ ਤੂੰ ਮੈਨੂੰ ਦੁਖੀ ਕਰਨ ਦੇ ਲਈ ਮੈਨੂੰ ਪਹਿਲਾਂ ਆਸ ਦਿੱਤਾ, ਉਸਦੇ ਬਾਅਦ ਤੁਸੀਂ ਉਹ ਆਸ ਨੂੰ ਖਤਮ ਕਰ ਦਿੰਦੇ। ਇਸੇ ਤਰ੍ਹਾਂ ਦਾ ਕੋਈ ਡਿਬੇਟ, ਕੋਈ ਸਵਾਲ ਅਬਰਾਹਮ ਨੇ ਨਹੀਂ ਕੀਤੀ। ਉਸਦਾ ਇੱਕ ਕਾਰਨ ਹੈ। ਉਸਦਾ ਕਾਰਨ ਕੀ ਹੈ? ਅਬਰਾਹਮ ਨੂੰ ਵੀ ਪਤਾ ਹੈ, ਇਹ ਜੋ ਖੁਦਾ ਮੈਨੂੰ ਕਹਿੰਦਾ ਕਿ ਇਸਨੂੰ ਮਾਰ ਦਿਓ, ਉਹੀ ਖੁਦਾ ਮੇਰਾ ਬੇਟੇ ਨੂੰ ਦੁਬਾਰਾ ਜ਼ਿੰਦਾ ਕਰੇਗਾ। ਦੇਖੋ ਅਬਰਾਹਮ ਨੂੰ ਇਹ ਵਿਸ਼ਵਾਸ ਸੀਗਾ। ਕਿੱਥੇ ਲਿਖਾ ਹੈ ਦੇਖੋ, ਮੈਂ ਪੜ੍ਹਾਂਗਾ। ਅਬਰਾਹਮ ਦੇ ਭਰੋਸਾ ਸੀ ਕਿ ਪਰਮੇਸ਼ੁਰ ਮੁਰਦਿਆਂ ਨੂੰ ਵੀ ਫਿਰ ਜੀਵਨ ਦੇ ਸਕਦਾ ਹੈ। ਦੇਖੋ ਕਿੰਨੀ ਸੁੰਦਰ ਗੱਲ ਲਿਖਾ ਹੈ। ਅਬਰਾਹਮ ਨੂੰ ਪਤਾ ਸੀ, ਉਸਦਾ ਵਿਸ਼ਵਾਸ, ਜੋ ਖੁਦਾ ਮੈਨੂੰ ਇਸ ਵਕਤ ਕਹਿੰਦਾ ਤੇਰਾ ਬੇਟੇ ਨੂੰ ਤੁਸੀਂ ਮਾਰੋ, ਉਹ ਖੁਦਾ ਮੇਰੇ ਬੇਟੇ ਨੂੰ ਦੁਬਾਰਾ ਜ਼ਿੰਦਾ ਕਰ ਸਕਦਾ ਹੈ, ਇੰਨਾ ਤਾਕਤ ਹੈ। ਅਬਰਾਹਮ ਨੂੰ ਵੀ ਇਹ ਪਤਾ ਸੀਗਾ। ਇਸੇ ਤਰ੍ਹਾਂ ਸਾਨੂੰ ਵੀ ਇਹ ਭਰੋਸਾ ਹੋਣਾ ਹੈ। ਅਬਰਾਹਮ ਦਾ ਭਰੋਸਾ ਸੀ ਕਿ ਪਰਮੇਸ਼ੁਰ ਮੁਰਦਿਆਂ ਨੂੰ ਵੀ ਫਿਰ ਜੀਵਨ ਦੇ ਸਕਦਾ ਹੈ, ਅਤੇ ਇੱਕ ਤਰ੍ਹਾਂ ਨਾਲ ਉਹ ਠੀਕ ਵੀ ਹੈ, ਕਿਉਂਕਿ ਉਸਨੂੰ ਉਸਦਾ ਪੁੱਤਰ ਮੌਤ ਦੇ ਮੋਹ ਵਿੱਚੋਂ ਹੀ ਮਿਲਿਆ ਸੀ। ਇਸਾਕ ਨੂੰ ਵਾਪਸ ਮਿਲ ਗਿਆ, ਕਿਉਂਕਿ ਉਹ ਖੁਦਾ ਦਾ ਇੱਕ ਖਾਸ ਦਾਨ ਸੀਗਾ। ਇਸ ਲਈ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਆਪਣਾ ਮਨ ਲਗਾਓ ਪ੍ਰਭੂ ਯਿਸੂ ਮਸੀਹ ਦੇ ਉੱਤੇ। ਉਸਨੇ ਮੁਰਦਿਆਂ ਵਿੱਚੋਂ ਜੀ ਉੱਠਿਆ, ਮਰਨ ਦੇ ਬਾਅਦ ਮੁਰਦਿਆਂ ਵਿੱਚੋਂ ਜੀ ਉੱਠਿਆ, ਅਸੀਂ ਵੀ ਮੁਰਦਿਆਂ ਵਿੱਚੋਂ ਜੀ ਉੱਠਣਗੇ। ਇਸ ਪੁਨਰੁਥਾਨ, ਇਸ ਨੂੰ ਅਸੀਂ ਪੁਨਰੁਥਾਨ ਕਹਿੰਦੇ ਹਾਂ, ਇਸ ਪੁਨਰੁਥਾਨ ਦੇ ਉੱਤੇ ਵਿਸ਼ਵਾਸ ਕਰਨ ਵਾਲੇ ਸਾਰੇ ਪਰਮੇਸ਼ੁਰ ਦੇ ਸੰਤਾਨ ਹਨ। ਇਸ ਲਈ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਇਸ ਗੱਲ ਨੂੰ ਸਮਝਣਾ ਕਿ ਸਾਡੇ ਲਈ ਪ੍ਰਭੂ ਯਿਸੂ ਮਸੀਹ ਹੀ ਨਮੂਨਾ ਹੈ। ਉਸਨੇ ਸਭ ਤੋਂ ਪਹਿਲਾਂ ਇਹ ਸਭ ਕਰਕੇ ਸਾਨੂੰ ਦਿਖਾਇਆ। ਮੁਰਦਿਆਂ ਵਿੱਚ ਜੀ ਉੱਠ ਕੇ ਪ੍ਰਭੂ ਯਿਸੂ ਮਸੀਹ ਕੀ ਕਰਦਾ? ਸਵਰਗ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜੋ ਪਾਪ ਦੇ ਕਾਰਨ ਬੰਦ ਹੋ ਗਿਆ ਸੀ। ਪ੍ਰਭੂ ਯਿਸੂ ਮਸੀਹ ਦੇ ਜੀ ਉੱਠਣ ਦੇ ਰਾਹੀਂ ਸਵਰਗ ਦਾ ਦਰਵਾਜ਼ਾ ਖੁੱਲ੍ਹ ਗਿਆ। ਤੋ ਮੁਰਦਿਆਂ ਵਿੱਚੋਂ ਜੀ ਉੱਠਣਾ, ਪੁਨਰੁਥਾਨ, ਇਸ ਦੇ ਬਾਰੇ ਸਭ ਤੋਂ ਜ਼ਿਆਦਾ ਪ੍ਰਚਾਰ ਕਰਨਾ ਜ਼ਰੂਰੀ ਹੈ। ਇਸ ਲਈ ਮੈਂ ਤੁਹਾਨੂੰ ਵੀ ਇਹੀ ਡਿਊਟੀ ਦਿੰਦਾ ਹਾਂ, ਕੰਮ ਦਿੰਦਾ ਹਾਂ ਕਿ ਹਰੇਕ ਦੇ ਨਾਲ ਜਦੋਂ ਵੀ ਪ੍ਰਭੂ ਯਿਸੂ ਮਸੀਹ ਦੇ ਬਾਰੇ ਕੋਈ ਗੱਲ ਕਰਨਾ ਹੈ, ਤੁਸੀਂ ਪੁਨਰੁਥਾਨ ਦੇ ਬਾਰੇ ਦੱਸੋ ਸਭ ਤੋਂ ਪਹਿਲਾਂ, ਔਰ ਸਭ ਤੋਂ ਜ਼ਿਆਦਾ ਪੁਨਰੁਥਾਨ ਦੇ ਬਾਰੇ ਬੋਲੋ। ਪ੍ਰਭੂ ਯਿਸੂ ਮਸੀਹ ਨੇ ਮੁਰਦਿਆਂ ਵਿੱਚ ਜੀ ਉੱਠਿਆ ਹੈ, ਅਸੀਂ ਵੀ ਪੁਨਰੁਥਾਨ ਦੇ ਸੰਤਾਨ ਹਾਂ। ਜਦੋਂ ਅਸੀਂ ਇਹ ਆਖਾਂਗੇ ਅਸੀਂ ਪੁਨਰੁਥਾਨ ਦੇ ਸੰਤਾਨ ਹਨ, ਅਸੀਂ ਫਿਰ ਕਿਸ ਦਾ ਸੰਤਾਨ ਬਣਦੇ ਹਾਂ? ਪਰਮੇਸ਼ੁਰ ਦਾ। ਸੋ ਅਸੀਂ ਸਾਰੇ ਪਰਮੇਸ਼ੁਰ ਦੇ ਸੰਤਾਨ ਹਨ। ਹੁਣ ਤੁਸੀਂ ਇਤਨਾ ਸਮਾਂ ਕਲਾਮ ਸੁਣਿਆ, ਪ੍ਰਭੂ ਦੇ ਬਾਰੇ ਸੁਣਿਆ, ਖੁਦਾ ਦੀਆਂ ਗੱਲਾਂ ਸੁਣੀਆਂ, ਦੇਖੋ ਹੁਣ ਤੁਹਾਨੂੰ ਕੀ ਬਰਕਤ ਮਿਲਿਆ ਹੈ। ਜੇਕਰ ਤੁਹਾਡੇ ਸਰੀਰ ਦੇ ਵਿੱਚ ਕੋਈ ਦਰਦ ਸੀ, ਕੋਈ ਪਰੇਸ਼ਾਨੀ ਸੀ, ਸ਼ਾਇਦ ਪ੍ਰਭੂ ਤੁਹਾਨੂੰ ਛੁਟਕਾਰੇ ਦਿੱਤੇ ਹੋਣਗੇ। ਜੇਕਰ ਤੁਹਾਡਾ ਵਿਸ਼ਵਾਸ ਕਮਜ਼ੋਰ ਸੀ, ਇਸ ਵਕਤ ਪ੍ਰਭੂ ਤੁਹਾਨੂੰ ਮਜ਼ਬੂਤ ਕੀਤਾ ਹੈ। ਇਸ ਵਕਤ ਤੁਹਾਡੇ ਦਿਲ ਦੇ ਵਿੱਚ ਖੁਸ਼ੀ ਹੈ ਕਿ ਅਸੀਂ ਵੀ ਮੁਰਦਿਆਂ ਵਿੱਚ ਜੀ ਉੱਠਾਂਗੇ। ਸ਼ਾਇਦ ਪ੍ਰਭੂ ਨੇ ਤੁਹਾਡਾ ਮਨ ਦੇ ਵਿੱਚੋਂ ਮੌਤ ਦਾ ਡਰ ਨਿਕਾਲਾ ਹੋਵੇ, ਕੋਈ ਨਾ ਕੋਈ ਬਰਕਤ ਤੁਹਾਨੂੰ ਜ਼ਰੂਰ ਮਿਲਾ ਹੋਗਾ। ਦੇਖੋ ਕੀ ਬਰਕਤ ਮਿਲ ਗਿਆ ਹੈ। ਪ੍ਰਭੂ ਦਾ ਧੰਨਵਾਦ ਕਰੋ। ਹੁਣੇ ਹੁਣੇ ਉੱਥੇ ਬੈਠ ਕੇ ਹੀ ਤੁਸੀਂ ਪ੍ਰਭੂ ਦਾ ਧੰਨਵਾਦ ਕਰੋ, ਕਿਉਂਕਿ ਤੁਹਾਡੀ ਜ਼ਿੰਦਗੀ ਸਫਲ ਹੋਵੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਅੱਜ ਦਾ ਇਸ ਪ੍ਰਚਾਰ ਦੇ ਰਾਹੀਂ ਤੁਹਾਡਾ ਈਮਾਨ ਮਜ਼ਬੂਤ ਹੋ ਜਾਵੇ, ਅਤੇ ਤੁਸੀਂ ਵੀ ਪੁਨਰੁਥਾਨ ਦੇ ਸੰਤਾਨ ਬਣ ਕਰ ਪਰਮੇਸ਼ੁਰ ਦਾ ਸੰਤਾਨ ਬਣੇ, ਅਤੇ ਆਪਣੀ ਜ਼ਿੰਦਗੀ ਦੇ ਰਾਹੀਂ ਖੁਦਾ ਦੀ ਮਹਿਮਾ ਕਰੇ। ਮੈਂ ਤੁਹਾਨੂੰ ਬਰਕਤ ਦਿੰਦਾ ਹਾਂ। ਹੱਥ ਜੋੜੋ। ਪੂਰੀ ਕੁਦਰਤ ਵਾਲਾ ਖੁਦਾ, ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇ। ਆਮੀਨ। ਜੈ ਸੁਖੀ। ਹਾਲੇਲੂਯਾ।